ਨਾਮ ਜੀ ਰਮੇਸ਼ ਚੰਦਰ, ਮੈਂ ਸਾਬਕਾ ਸਰਪੰਚ ਪਿੰਡ ਡੱਲਾ ਤਹਿਸੀਲ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ। ਮੇਰਾ ਇਤਿਹਾਸਿਕ ਪਿੰਡ ਆ ਜਿਹੜਾ ਸਾਡਾ ਡੱਲਾ ਨਗਰ ਆ ਜੀ। ਮੈਂ ਦੋ ਵਾਰ ਸਰਪੰਚ ਬਣਿਆ ਜੀ। ਪਹਿਲੀ ਵਾਰੀ ਮੈਂ ਸਰਪੰਚ ਬਣਿਆ ਸੀ, ਮੈਂ ਇਲੈਕਸ਼ਨ ਜਿੱਤੀ ਸੀਗੀ। ਦੂਸਰੀ ਵਾਰ ਮੈਨੂੰ ਪਿੰਡ ਵਾਲਿਆਂ ਨੇ ਸਹਿਯੋਗ ਦੇ ਨਾਲ, ਪਿੰਡਾਂ ਨੇ ਸਾਰਿਆਂ ਨੇ ਸਰਬਸੰਮਤੀ ਨਾਲ ਸਰਪੰਚ ਬਣਾਇਆ। ਅਤੇ ਮੈਂ ਉਹਨਾਂ ਦਾ ਉਸ ਟਾਈਮ ਦੇ ਜਿਹੜੇ ਸਾਡੇ ਵਿਧਾਇਕ ਆ ਜਾਂ ਹੁਣ ਦੇ ਵਿਧਾਇਕ ਆ ਜਾਂ ਪਿਛਲੀ ਵਾਰੀ ਦੇ ਵਿਧਾਇਕ ਸੀ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ ਹਰ ਪਿੰਡ ਦੀ ਡਿਵੈਲਪਮੈਂਟ ਕਰਨ ਵਾਸਤੇ। ਜੋ ਚਾਹਿਆ ਉਹਨਾਂ ਨੇ ਉਸ ਚੀਜ਼ ਦਾ ਮਾਣ ਦਿੱਤਾ, ਉਸ ਚੀਜ਼ ਨੂੰ ਉਹਨਾਂ ਨੇ ਗ੍ਰਾਂਟਾਂ ਲਾ ਲਓ ਜਾਂ ਹੋਰ ਵੀ ਪਿੰਡ ਦੇ ਕੰਮ ਜਿਹੜੇ ਹੁੰਦੇ ਕਰਨ ਵਾਲੇ, ਉਹਨਾਂ ਨੇ ਕਰਨ ਵਾਸਤੇ ਪੈਸਾ ਵੀ ਭੇਜਿਆ। ਹੁਣ ਵੀ ਲਗਭਗ ਜਿਹੜੀ ਸਰਕਾਰ ਆ, ਮੈਂ ਬੇਸ਼ੱਕ ਸਾਬਕਾ ਸਰਪੰਚ ਹਾਂ ਪਰ ਮੈਂ ਲਿੰਕ ਰਾਜ ਦਾ ਮੈਂ ਜਨਰਲ MLA ਸਾਹਿਬ ਕੋਲ, ਜੋ ਸਾਡੇ ਇਸ ਟਾਈਮ ਨਵਤੇਜ ਸਿੰਘ ਸਰਕਾਰ ਨਵਤੇਜ ਸਿੰਘ ਚੀਮਾ ਜੀ MLA ਸਾਹਿਬ ਆ ਸਾਡੇ, ਉਹਨਾਂ ਨੇ ਵੀ ਸਾਡੇ ਹੁਣ ਇਸ ਟਾਈਮ ਵੀ ਪਿੰਡ ਨੂੰ ਸਹਿਯੋਗ ਦਿੱਤਾ ਵਾ। ਅਤੇ ਕੁਛ 6-7 ਲੱਖ ਦੀ ਗ੍ਰਾਂਟ ਵੀ ਦਿੱਤੀ ਆ ਜਿਹੜਾ ਸਟੇਡੀਅਮ ਵਾਸਤੇ, ਕੁਛ ਇਹ ਤਿਆਰ ਕਰਨਾ ਸਟੇਡੀਅਮ ਉਹਦੇ ਵਾਸਤੇ ਸਾਨੂੰ ਕੁਛ ਹਾਲੇ 1-2 ਕਿਸ਼ਤ ਦਿੱਤੀ ਉਹਨਾਂ ਨੇ, ਉਸਦੀ ਅਸੀਂ ਹਾਲੇ ਸਟੇਜ ਤਿਆਰ ਕੀਤੀ ਆ। ਕਿਸੇ ਪਹਿਲੀ ਟਰਮ ਵਿੱਚ ਜਦੋਂ ਮੈਂ ਸਰਪੰਚ ਬਣਿਆ ਜੀ, ਅਸੀਂ ਜਿਸ ਤਰ੍ਹਾਂ ਸਾਡਾ ਸ਼ਮਸ਼ਾਨ ਘਾਟ ਸੀ, 2 ਸ਼ਮਸ਼ਾਨ ਘਾਟ ਆ ਸਾਡੇ ਪਿੰਡ ਦੇ, ਅਸੀਂ ਮੈਂ ਉੱਥੇ ਸ਼ੈੱਡ ਬਣਾਈ ਔਰ ਉਸ ਸ਼ਮਸ਼ਾਨ ਘਰ ਦੀ ਜਿਹੜੀ ਪੈਲੀ ਸੀ ਉਸ ਨਿਸ਼ਾਨਦੇਹੀ ਕਰਾ ਕੇ ਜਿਸ ਤਰ੍ਹਾਂ ਥੱਲੇ ਵਗਦੀ ਸੀ ਉਹ ਛਡਵਾਈ, ਅਤੇ ਉੱਥੇ ਆਪਣਾ ਸ਼ੈੱਡ ਬਣਾਇਆ, ਉਹਨੂੰ ਕਵਰ ਕੀਤਾ। ਫਿਰ ਆਪਣੇ ਇੱਕ ਸਾਡਾ ਜੰਝ ਘਰ ਆ ਸਾਡੇ ਆਪਣੇ ਹਰਜਨ ਬਸਤੀ ਵਿੱਚ ਆ, ਜਿਨ੍ਹਾਂ ਨੂੰ ਆਪਾਂ ਸਰਕਾਰੀ ਜੰਝ ਘਰ ਕਹਿੰਦੇ ਹਾਂ, ਉਹਨਾਂ 'ਤੇ 50,000 ਗ੍ਰਾਂਟ ਮਿਲੀ, ਜਿਹੜਾ 1,00,000 ਰੁਪਈਏ ਦੇ ਕਰੀਬ ਅਸੀਂ ਕੋਲੋਂ ਲਾ ਕੇ ਅਤੇ ਉਹਦੀ ਛੱਤ ਅਸੀਂ ਉੱਚੀ ਕੀਤੀ। ਅਤੇ ਹੋਰ ਦੂਸਰੇ ਪਿੰਡ ਸਾਡਾ ਮੁਹੱਲੇ 'ਚ ਵੀ ਜੰਝ ਘਰ, ਉੱਥੇ ਵੀ ਅਸੀਂ ਕੁਛ ਪੈਸੇ ਲਾਏ। ਹੋਰ ਗਲੀਆਂ ਨਾਲੀਆਂ ਦਾ ਵੀ ਕੰਮ ਡਿਵੈਲਪਮੈਂਟ ਕੀਤੀ। ਅਤੇ ਨੈਕਸਟ ਟਾਈਮ ਵੀ ਜਦੋਂ ਮੈਂ 2008 ਵਿੱਚ ਵੀ ਜਾ, ਉਦੋਂ ਵੀ ਅਸੀਂ ਕਾਫੀ ਮਤਲਬ ਡਿਵੈਲਪਮੈਂਟ ਕੀਤੀ ਆ। ਹੁਣ ਵੀ ਅਸੀਂ ਪਿਛਲੇ ਉਸ MP ਕੋਟੇ 'ਚੋਂ ਸਾਡੇ ਕੋਲ 2,00,000 ਰੁਪਈਆ ਸੀ ਆ, ਉਹ ਲਾ ਕੇ ਕੁਛ ਅਸੀਂ ਕੋਲੋਂ ਲਾ ਕੇ, ਅਤੇ ਜਿਹੜਾ ਸ਼ਮਸ਼ਾਨ ਘਾਟ ਵਿੱਚ ਮੈਂ ਬਰਾਂਡਾ ਤਿਆਰ ਕੀਤਾ ਜਿਹੜਾ ਕੋਈ 2-2.5 ਲੱਖ ਦੇ ਨਾਲ, 2,00,000 ਸਰਕਾਰ ਦਾ ਹੀ ਕੁਛ ਕੋਲੋਂ ਲਾਏ ਮੈਂ ਲਾ ਕੇ, ਅਤੇ ਉਹ ਅਸੀਂ ਬਰਾਂਡਾ ਤਿਆਰ ਕੀਤਾ। ਹੋਰ ਅਸੀਂ ਗਲੀਆਂ ਨਾਲੀਆਂ ਦਾ ਕਾਫੀ ਪਿਛਲੀ ਸਰਪੰਚੀ ਵਿੱਚ ਡਿਵੈਲਪਮੈਂਟ ਕੀਤੀ। ਸਾਡਾ ਸ਼ਮਸ਼ਾਨ ਘਾਟ, ਇੱਕ ਸ਼ਮਸ਼ਾਨ ਘਾਟ ਸਾਡਾ ਕਾਫੀ ਪਿੰਡ ਤੋਂ ਖਤਮਾ ਵਾ, ਉਹ ਕੋਈ ਅਸੀਂ 15,00,000 ਰੁਪਈਏ ਦੇ ਕਰੀਬ, 14-15 ਲੱਖ ਰੁਪਈਏ ਦੇ ਕਰੀਬ ਲਾ ਕੇ, ਤਾਂ ਅਸੀਂ ਜਿਹੜੀ ਆ ਇੱਟ ਲਾ ਕੇ ਅਤੇ ਉਹਨੂੰ ਸ਼ਮਸ਼ਾਨ ਘਾਟ ਨੂੰ ਰਸਤਾ ਇਹ 2-3 ਕਿਸ਼ਤਾਂ ਵਿੱਚ ਬਣਾਇਆ। ਬਾਕੀ ਪਿੰਡ ਦੀ ਡਿਵੈਲਪਮੈਂਟ ਦੀ ਜਿਹੜੀ ਗੱਲ ਆ, ਸਾਡਾ ਨਗਰ ਜਿਹੜਾ ਇਤਿਹਾਸਿਕ ਨਗਰ ਆ, ਸਰਕਾਰ ਵੀ ਸਾਨੂੰ ਸਹਿਯੋਗ ਪੂਰਾ ਦਿੰਦੀ ਹੈ। ਸਾਡੇ ਪਿੰਡ ਦੀ ਹਰ ਚੀਜ਼ ਜਿਹੜੀ ਆ ਵਧੀਆ ਵਾ, ਲੋਕ ਵਧੀਆ ਵਾ, ਲੋਕ ਵੀ ਪੂਰਾ ਸਹਿਯੋਗ ਪੰਚਾਇਤ ਨੂੰ ਦਿੰਦੇ ਆ। ਅਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਂ, ਜਿਸ ਤਰ੍ਹਾਂ ਸਾਡੇ MLA ਸਾਹਿਬ, ਵਿਧਾਇਕ ਸਾਹਿਬ, ਜਿੰਨੇ ਵੀ ਹੋਰ ਸਾਡੇ ਪਿੰਡ, ਧੰਨਵਾਦ। ਹੋਰ ਵੀ ਪਿੰਡ ਦੇ ਮੈਂ ਬਹੁਤ ਸਾਰੇ ਕੰਮ ਕੀਤੇ ਜਿਹੜੇ ਮੈਨੂੰ ਇਸ ਟਾਈਮ ਛੋਟੇ ਮੋਟੇ ਕੰਮ ਕੀਤੇ ਜਿਹੜੇ ਮੈਨੂੰ ਕੁਛ ਯਾਦ ਨਹੀਂ ਗਏ। ਚਲੋ, ਅਸੀਂ ਜੋ 550 ਸਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਤਾਬਦੀ ਦੇ ਜਨਮ ਦੇ ਦਿਹਾੜੇ ਨੂੰ ਸਰਕਾਰ ਔਰ ਸਾਰਾ ਵਰਲਡ ਹੀ ਮਨਾ ਰਿਹਾ ਵਾ, ਉਹਦੇ ਵਿੱਚ ਸਾਡੇ ਸੁਲਤਾਨਪੁਰ ਇੱਕ ਸਿੱਖੀ ਦਾ ਧੁਰਾ ਵਾ। ਸਾਡਾ ਸੁਲਤਾਨਪੁਰ ਇਤਿਹਾਸਿਕ ਸਾਡਾ ਨਗਰ ਆ, ਸ਼ਹਿਰ ਆ, ਜਿਹੜਾ ਬਾਬੇ ਨਾਨਕ ਦਾ ਜੀ ਘਰ ਆ ਜੀ। ਉਹ 550 ਸਾਲਾਂ ਦੇ ਵਿੱਚ ਸੁਲਤਾਨਪੁਰ ਦੇ ਵਿੱਚ ਜਿੰਨੀ ਡਿਵੈਲਪਮੈਂਟ ਸਰਦਾਰ ਸਾਡੇ MLA ਸਾਹਿਬ ਨਵਤੇਜ ਸਿੰਘ ਚੀਮਾ ਜੀ ਉਹਨਾਂ ਦੇ ਰਹਿਰਮਾਈ ਥੱਲੇ ਹੋਣ ਲਈ ਆ, ਕਰੋੜਾਂ ਰੁਪਈਏ ਲੱਗੇ ਆ, ਸੜਕਾਂ ਬਣ ਗਈਆਂ ਸ਼ਹਿਰ ਦੇ ਵਿੱਚ, ਲਾਈਟਾਂ ਨਵੀਆਂ ਲੱਗ ਗਈਆਂ, ਬਿਜਲੀ ਦਾ ਪ੍ਰਬੰਧ ਹੋ ਗਿਆ, ਸਰਕਾਰੀ ਜਿਹੜੇ ਰੇਲਵੇ ਦੇ ਪੁਲ ਸੀਗੇ ਜਿਹੜੇ ਜੀ, ਜਿਹੜੇ ਫਾਟਕ ਬੰਦ ਰਹਿੰਦਾ ਸੀ ਉਹਨਾਂ ਥੱਲਿਓਂ ਦੀ ਉਹਨਾਂ ਨੇ ਨਿਕਾਸ ਕਰਕੇ ਬਹੁਤ ਆਵਾਜਾਈ ਨੂੰ ਜਿਹੜੀ ਸਹੂਲਤ ਹੋ ਗਈ ਆ। ਰੇਲਵੇ ਸਟੇਸ਼ਨ ਸਾਡਾ ਇਸ ਤਰ੍ਹਾਂ ਦਾ ਬਣਾ ਦਿੱਤਾ ਵੀ ਜਿਹੜਾ ਬਹੁਤ ਮਾਡਰਨ ਟਾਈਪ ਦਾ ਬਣ ਗਿਆ ਵਾ, ਜਿਹੜਾ ਅਸੀਂ ਸੈਂਟਰ ਦਾ ਵੀ ਧੰਨਵਾਦ ਕਰਦੇ ਹਾਂ, ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ। ਸਾਡਾ ਜਿਹੜਾ ਬੱਸ ਸਟੇਸ਼ਨ ਸੀਗਾ ਉਹ ਇੰਨਾ ਵਧੀਆ ਬਣਾ ਦਿੱਤਾ ਵਾ ਵੀ ਬਹੁਤ ਹੀ ਸਰਾਹਾਯੋਗ ਆ। ਅਤੇ
मैं सरकार का भी धन्यवाद करता वा, बाकी सारी संगत वध तो वध चढ़ के जिहड़े 550 साल दे विच आउण दी कृपालता करन, सारे आपदे दर्शन करन, खुले दीदार दर्शन आ, हर चीज़ का प्रबंध किया गया वा, टेंट सिटी लगाई गई आ, लंगर के पूरे प्रबंध किए गए हैं सरकार वालों, संगत वालों, जिन्हें भी साढ़े बाबा जी हर समाज के जिदा ला लो जिदा जिदा है उन्होंने भी साढ़े प्रबंध सारे हर तरह के लंगर के सड़कों के किए आ, क्योंकि सारी दुनिया सहयोग दे रही है। वाहेगुरू जी का खालसा, वाहेगुरू जी।